अल्हम्दुलिल्लाह आज उम्मीद वेलफेयर सोसाइटी मलक माला जी ग्राइनी टेरी है इधर 150 बूटा शजरकारी कीती है ਸਾਡੇ ਪੂਰੇ ਗਰਾਂ ਕੰਮ ਆਸੀ ਇਸ ਨੀ ਹਿਫਾਜ਼ਤ ਆਸੇ ਕੰਮ ਕਰ ਰਹੇ ਨੇ ਤੇ ਹਰ ਬੰਦੇ ਨਾਲ ਹਰ ਇਨਸਾਨ ਨਾਲ ਜੋ ਮਲਕ ਮਾਲੇ ਨੇ ਵਿੱਚ ਰਹਿਣਾ ਲਾਜ਼ਮੀ ਜ਼ਰੂਰੀ ਫਰਜ਼ ਹੈ ਕਿ ਇਸ ਨੀ ਨਿਗਰਾਨੀ ਕਰੇ ਔਰ ਇਸੀ ਅਮਲਾ ਉਹਨਾਂ ਵਾਸਤੇ ਜ਼ਰੀਆ ਨਜਾਤ ਬਣਾ ਉਹਨਾਂ ਨੇ ਆਬਾ ਅਜਦਾਦ ਹੈ ਇਸ ਨਾਲ ਸਵਾਬ ਪਹੁੰਚਾ ਕੇ ਉਹਨਾਂ ਖੁਸ਼ੀਆਂ ਨਸੀਬ ਫਰਮਾ ਇਹਨਾਂ ਨੇ ਅਹਿਲੋ ਆਯਾਲਾਂ ਹਰ ਪਰੇਸ਼ਾਨੀ ਮੁਸੀਬਤ ਬਿਮਾਰੀ ਕੋਲੋਂ ਬਚਾ ਜਿਤਨੇ ਵੀ ਸਾਡੇ ਗ੍ਰਾਇਨ ਲੋਕ ਹੋਣ ਇਹਨਾਂ ਸਾਰਿਆਂ ਨਾਲ ਅੱਗ ਬਣਨਾ ਹੈ ਕਿ ਇਹਨਾਂ ਬੂਟਿਆਂ ਨੇ ਜਿਹੜਾ ਤੇਰਾ ਖਵਾਲੀ ਕਰੋ ਇਹਨੇ ਹਿਫਾਜ਼ਤ ਕਰੋ ਕੋਈ ਅਜਰ ਇੱਧਰ ਜਾਨਵਰ ਆਉਂਦਾ ਹੈ ਡੰਗਰ ਕੋਈ ਆਉਂਦਾ ਹੈ ਪੇਟ ਬੱਕਰੀ ਕੁਝ ਵੀ ਆਉਂਦੀ ਹੈ ਜਾਂ ਕੋਈ ਬੱਚਾ ਸ਼ਰਾਰਤ ਕਰਨਾ ਐਸਾ ਦਰਖਤ ਨੁਕਸਾਨ ਪਹੁੰਚਾਉਣਾ ਤਾਂ ਉਹ ਸਮਾਂ ਨਾ ਕਰੋ ਅਤੇ ਬਾਕੀ ਇੱਧਰ ਟੀਰੀ ਨੇ ਉੱਤੇ ਮੋਟਰਸਾਈਕਲ ਹੋ ਗਿਆ ਗੱਡੀਆਂ ਵਗੈਰਾ ਨਾਲ ਚੜ੍ਹਨਾ ਹੋ ਗਿਆ ਇਹ ਮਮਨੂ ਹੈ ਬਾਕੀ ਇਸ ਜਿਤਨੀ ਵੀ ਜਿਹੜਾ ਦਰਖਤਾਂ ਦੀ ਹਿਫਾਜ਼ਤ ਕੀਤੀ ਵਾਂਜੇ ਉਹ ਬਿਹਤਰ ਹੋਏ ਅਸੀਂ ਸਾਰੇ ਗਰਾਂ ਅੱਗੇ ਅਪੀਲ ਕਰਨੇ ਹਾਂ ਕਿ ਜਿਤਨੇ ਵੀ 150 ਦਰਖਤ ਲਾਏ ਗਏ ਇਹਨਾਂ ਸਾਰਿਆਂ ਨੇ ਹਰ ਬੰਦੇ ਨੇ ਫਰਜ਼ ਬਣਨਾ ਹੈ ਕਿ ਇਹਨਾਂ ਸਾਰੇ ਬੂਟਿਆਂ ਦੀ ਹਿਫਾਜ਼ਤ ਕਰਨ ਜਦਾ ਕਰਨਾ ਮੁਹਤਰਮ ਬਜ਼ੁਰਗੋ ਇੱਕ ਐਲਾਨ ਵੀ ਹੈ ਕਿ ਜਿਤਨੇ ਬੰਦਿਆਂ ਵੀ ਸਾਰੇ ਗਰਾਂ ਨੇ ਜਿਹੜੇ ਕਿੱਧਰੋਂ ਉੱਧਰੋਂ ਬਾਹਰ ਮੁਸਾਫਰ ਉਹਨਾਂ ਨੇ ਚੰਗਿਆਂ ਨਾਲ ਇਤਨਾ ਵੱਡਾ ਖਰਚ ਇਤਨੀ ਵੱਡੀ ਮਿਹਨਤ ਹੋਈ ਹੈ ਇਸ ਟੀਰੀ ਦੀ ਹਿਫਾਜ਼ਤ ਵਾਸਤੇ ਕਿ ਜਿਹੜੀਆਂ ਕਬਰਾਂ ਉਹਨਾਂ ਦੀ ਵੀ ਹਿਫਾਜ਼ਤ ਹੋਵੇ ਕਬਰਿਸਤਾਨ ਹੈ ਆਇੰਦਾ ਇਨਸ਼ਾਅੱਲਾ ਅਸਾਂ ਜ਼ਰੂਰ ਤੁਸੀਂ ਕਿ ਕੋਈ ਇਨਸਾਨ ਇਸ ਟੀਰੀ ਨੇ ਉੱਤੇ ਛੋਟਾ ਬੜਾ ਜਾਨਵਰ ਕੋਈ ਵੀ ਨਾ ਚਾਹੇ ਕਿਉਂਕਿ ਕੱਲ੍ਹ ਹੀ ਇੱਕ ਬੂਟਾ ਰਾਜਾ ਹੈ ਤੋਂ ਆ ਕੇ ਬੱਕਰੀ ਖਾ ਗਈ ਇਸ ਵਾਸਤੇ ਇਸ ਜਾਨਵਰ ਬਹੁਤ ਨੁਕਸਾਨ ਕਰਨੇ ਅਤੇ ਬੂਟਿਆਂ ਨਾਲ ਬੜਾ ਖਰਚ ਬੜੀ ਮਿਹਨਤ ਹੁੰਦੀ ਔਰ ਦੂਸਰੀ ਚੀਜ਼ ਇਹ ਕਿ ਤਿਆੜੀ ਤਾਂ ਚਲੋ ਕੋਈ ਬੰਦਾ ਵਡੇਰਾ ਚੜ੍ਹਨਾ ਹੈ ਕਿਸ ਜ਼ਰੂਰਤ ਹੋਣੀ ਹੈ ਯਾਰ ਹਵਾ ਲਾਉਣਾ ਹੈ ਉਹ ਤਾਂ ਇਜਾਜ਼ਤ ਹੈ ਔਰ ਫਿਰ ਰਾਤ ਜਿਹੜਾ ਹੈ ਤਾਂ 10-11 ਤੋਂ ਪਿੱਛੇ ਕੋਈ ਇਨਸਾਨ ਇਸ ਟੀਰੀ ਉੱਤੇ ਨਾ ਚੜ੍ਹੇ ਇਹ ਨਾ ਹੋਵੇ ਕਿ ਐਜਰ ਅੱਡਾ ਬਣੇ ਕਿ ਪੂਰੇ ਗਰਾਂ ਦੀ ਪਰੇਸ਼ਾਨੀ ਨਾ ਸਬਬ ਨਾ ਇਸ ਵਾਸਤੇ ਚਾਹੇ ਬਾਹਰ ਨਾ ਬੰਦਾ ਹੈ ਚਾਹੇ ਗਰਾਂ ਨਾ ਬੰਦਾ ਹੈ ਕੋਸ਼ਿਸ਼ ਕਰੇ ਕਿ ਟੀਰੀ ਨੂੰ ਉੱਤੇ ਬੈਠਣੇ ਕੋਲੋਂ ਰਾਤ 11 ਵਜੇ ਤੋਂ ਪਿੱਛੇ ਜਾਨ ਬਚਾਏ ਔਰ ਕਿਸੇ ਦੇਖੇ ਤਦ ਵੀ ਉਸ ਨਿਗਰਾਨੀ ਕਰੇ ਕਿ ਕੌਣ ਬੰਦਾ ਹੈ ਔਰ ਕਿਸ ਵਜ੍ਹਾ ਨਾਲ ਔਰ ਕਿਸ ਮਜਬੂਰੀ ਨਾਲ ਇਹ ਬੈਠਿਆ ਹੈ ਉਸ ਨਾਲ ਪਤਾ ਕੀਤਾ ਵਾਂਜੇ ਅੱਲਾਹ ਤਾਲਾ ਤਮਾਮ ਮੁਸਲਮਾਨਾਂ ਸਮੇਤ ਅਸਾਂ ਹਰ ਅੱਛਾਈ ਐਸਾ ਕਰਨ ਦੀ ਤੋਫੀਕ ਅਤਾ ਫਰਮਾਏ ਹਰ ਬੁਰਾਈ ਕੋਲੋਂ ਬਚਣੇ ਨਹੀਂ ਔਰ ਦੂਸਰਿਆਂ ਵੀ ਬਚਾਉਣੇ ਨਹੀਂ ਤੋਫੀਕ ਅਤਾ ਫਰਮਾਏ ਸੁਬਹਾਨ ਰੱਬਿਕਾ ਰੱਬਿਲ ਇੱਜ਼ਤ ਅੰਮਾ ਯਸਿਫੂਨ ਵਸਲਾਮੁਨ ਅਲਲ ਮੁਰਸਲੀਨ ਵਅਲ ਅੱਲਾਹ ਰਾਜ਼ੀ ਹੋਵੇ।